ਭਾਈ ਦੇ ਹੁਕਮ ਦੀ ਕਮੀ ਨਾਲ ਇੱਕ ਸੀਨਾ ਦਾ ਇੱਕ ਛੇ ਪੜਾਂ ਤੇ ਜਿਹਦੇ ਬਾਅਦ ਆਪਣੀ ਮਰਜ਼ੀ ਦਾ ਤੇ ਥੋੜ੍ਹਾ ਜ਼ਿਕਰ ਮੁਸਾਹਿਬ ਜਿਹੜਾ ਭਾਈ ਹੁਕਮ ਕੀਤਾ ਹੈ ਵਾਦਾ ਵਫਾ ਹੋ ਗਿਆ ਅਲਹਮਦੁਲਿਲਾਹ ਹੁਕਮ ਦੀ ਤਾਮੀਲ ਹੋ ਗਈ। ਕੁਰਾਨ ਪਾਕ ਮੇ ਰਸੂਲ ਅੱਲਾਹ ਕੋ ਯਾਸੀਨ ਕਿਹਾ ਗਿਆ ਇਹ ਬਾਨੀ ਮਜਲਿਸ ਦੇ ਹੁਕਮ ਦੀ ਤਾਮੀਲ ਹੈ। ਨਾ ਹਜ਼ਰਤ ਆਦਮ ਕੋ ਕਿਹਾ ਗਿਆ, ਨਾ ਹਜ਼ਰਤ ਈਸਾ ਕੋ, ਨਾ ਹਜ਼ਰਤ ਮੂਸਾ ਕੋ, ਫਕਤ ਰਸੂਲ ਅੱਲਾਹ ਕੋ ਕਿਆ ਕਿਹਾ ਗਿਆ? ਕੀ ਆਖਿਆ ਗਿਆ? ਸਹੀ ਯਾਸੀਨ। ਬਾਜਰ ਇਸਦਾ ਮਤਲਬ ਕਿਆ ਹੈ? ਐ ਸੈਯਦ ਸਰਦਾਰ। ਮੈਂ ਸਿੱਧੀ ਮਨ ਕਰਨ ਲੱਗਾ ਕਿਉਂ ਆਖਿਆ ਗਿਆ ਫਕਤ ਰਸੂਲ ਅੱਲਾਹ ਯਾਸੀਨ? ਤੁਸੀਂ ਸਿਰ ਲਾਇਆ, ਖੁਦਾ ਦੀ ਕਸਮ ਤੁਹਾਡੀ ਵਾਹ ਵਾਹ ਤਾਈਦ ਹੋ ਸੀ, ਤੁਸੀਂ ਤਾਈਦ ਦਾ ਹੱਕ ਅਦਾ ਕਰ ਲਿਆ, ਕਿਉਂ ਆਖਿਆ ਗਿਆ ਯਾਸੀਨ? ਮੁਸਤਫਾ ਹੈ ਕਰਮ ਹੁਸੈਨ ਦਾ ਹੈ। ਅਰਸ਼ਾਂ ਤੇ ਇੱਕ ਖੁਦਾ ਹੈ, ਅਰਸ਼ਾਂ ਤੇ ਇੱਕ ਖੁਦਾ ਹੈ, ਇਕਰਮ ਹੁਸੈਨ ਦਾ ਹੈ। ਰਸੂਲ ਅੱਲਾਹ ਨੇ ਹੁਸੈਨ ਅਲੈਹਿ ਸਲਾਮ ਨੂੰ ਅਗੋਸ਼ੇ ਮੁਬਾਰਕ ਕਿਬਲਾ ਸ਼ੇਰ ਕਦੀ ਲੱਕ ਚੁੰਮਦੇ, ਕਦੀ ਰੁਖਸਾਰ ਚੁੰਮਦੇ, ਕਦੀ ਮੱਥਾ ਚੁੰਮਦੇ, ਕਦੀ ਗਲਾ ਚੁੰਮਦੇ, ਕਦੀ ਜ਼ੁਲਫਾਂ ਚੁੰਮਦੇ। ਕਲਾ ਜੋ ਚੁੰਮੇ ਅੱਲਾ ਫਰਮਾਇਆ ਜਬੀਲ ਜਲਦੀ ਜਾ ਮੇਰੇ ਮਹਿਬੂਬ ਨੂੰ ਪੈਗਾਮ ਪਹੁੰਚਾ। ਕੈਸਾ ਪੈਗਾਮ ਪਹੁੰਚਾ? ਜ਼ੁਲਫਾਂ ਤੇਰੀਆਂ ਮੈਂ ਖੁਦੀਆਂ ਪੀਆਂ ਕਿ ਰੱਖਦਾ ਅਗਰ ਬਦਲ ਮੈਂ ਸ਼ਬੀਰ ਮੈਂ ਵਿਚੇਗਾ ਇਹ ਗਲਾ ਹੁਸੈਨ ਦਾ ਹੈ।